ਸਾਡੀ ਕਮਿਊਨਿਟੀ ਵਾਸਤੇ ਟਰਾਂਸਪੋਰਟ ਮਿਨਿਸਟਰ ਦੀ ਇੱਕ ਵੱਖਰੀ ਅਹਿਮੀਅਤ ਮੰਨੀ ਜਾਂਦੀ ਹੈ ਕਿਉਂਕਿ ਆਪਣੀ ਕਮਿਊਨਿਟੀ ਬਹੁਤ ਜ਼ਿਆਦਾ ਟਰਾਂਸਪੋਰਟ ਦੇ ਇਸ ਬਿਜ਼ਨਸ ਦੇ ਵਿੱਚ ਇਨਵੋਲਵ ਹੈ ਔਰ ਅਸੀਂ ਯੋਗਦਾਨ ਵੀ ਬਹੁਤ ਵੱਡਾ ਪਾਇਆ ਹੈ ਤਾਂ ਮੇਰੇ ਖਿਆਲ ਇੱਕ ਤਰ੍ਹਾਂ ਦਾ ਇਹ ਜਿੱਥੇ ਓਨਰ ਹੈ ਉੱਥੇ ਵੱਡੀ ਰਿਸਪੋਂਸੀਬਿਲਟੀ ਵੀ ਹੈ ਪ੍ਰਭ ਲਈ ਮੇਰੇ ਨਾਲ ਲਾਈਨ ਦੇ ਉੱਤੇ ਨੇ ਪ੍ਰਭ ਜੀ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸੈਣੀ ਸਾਹਿਬ ਅਤੇ ਸਾਰੇ ਦਰਸ਼ਕਾਂ ਨੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਤੁਸੀਂ ਬਹੁਤ ਸਾਰੇ ਮਹਿਕਮਿਆਂ ਦੇ ਵਿੱਚ ਕੰਮ ਕਰ ਲਿਆ ਹੈ ਹੁਣ ਕਾਫੀ ਤਜਰਬਾ ਹੋ ਗਿਆ ਹੈ ਕੈਬਨਿਟ ਦੇ ਵਿੱਚ ਪਰ ਇਹ ਜਿਹੜੀ ਨਵੀਂ ਜ਼ਿੰਮੇਵਾਰੀ ਹੈ ਔਰ ਵੱਡੀ ਜ਼ਿੰਮੇਵਾਰੀ ਹੈ ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਹਾਂਜੀ ਫਸਟ ਆਫ ਆਲ ਅਸੀਂ ਪ੍ਰੀਮੀਅਰ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਵੀ ਇਹਨਾਂ ਨੇ ਰਿਸਪੋਂਸੀਬਿਲਟੀ ਜਿਹੜੀ ਇਹ ਦਿੱਤੀ ਆਪਾਂ ਨੂੰ ਟਰਾਂਸਪੋਰਟੇਸ਼ਨ ਦੀ ਪਰ ਅਸੀਂ ਨਾਲ ਦੀ ਨਾਲ ਆਪਣੇ ਜਿੰਨੇ ਵੀ ਸਾਰੇ ਸਪੋਰਟਰਸ ਹੈਗੇ ਖਾਸ ਕਰਕੇ ਆਪਣੀ ਬਰੈਂਪਟਨ ਸਾਊਥ ਬਰੈਂਪਟਨ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਪੋਰਟ 'ਚ ਅਸੀਂ ਇੱਥੋਂ ਤੱਕ ਪਹੁੰਚੇ ਅਤੇ ਕਮਿਊਨਿਟੀ ਕਰਕੇ ਹੀ ਪਹੁੰਚੇ ਅਤੇ ਸਾਰੇ ਆਪਣੇ ਜਿੰਨੇ ਵੀ ਰੈਜੀਡੈਂਟਸ ਹੈਗੇ ਉਹਨਾਂ ਨੇ ਆਪਾਂ ਨੂੰ ਪੂਰਾ ਸਾਥ ਦਿੱਤਾ ਕੰਮ ਕਰਨ ਦੇ ਲਈ ਸੋ ਆਈ ਵਾਂਟ ਉਹਨਾਂ ਨੂੰ ਵੀ ਅਸੀਂ ਬਹੁਤ ਬਹੁਤ ਥੈਂਕ ਯੂ ਕਰਦੇ ਹਾਂ ਬਟ ਆਫ ਕੋਰਸ ਜਿੱਥੇ ਅਸੀਂ ਹੁਣ ਟਰਾਂਸਪੋਰਟੇਸ਼ਨ ਦੀ ਗੱਲ ਕਰ ਰਹੇ ਇਹਦੇ ਵਿੱਚ ਕਾਫੀ ਆਪਾਂ ਜਿਹੜੀ ਸਾਨੂੰ ਬਿਲਡ ਕਰਨ ਦੀ ਜ਼ਰੂਰਤ ਹੈਗੀ ਆ ਜੇ ਅਸੀਂ 413 ਹਾਈਵੇ ਦੀ ਗੱਲ ਕਰੀਏ ਬ੍ਰੈਡਫੋਰਡ ਬਾਈਪਾਸ ਦੀ ਗੱਲ ਕਰੀਏ ਜਾਂ ਜਿੰਨੀਆਂ ਵੀ ਸਾਡੇ ਸਬਵੇ ਪ੍ਰੋਜੈਕਟਸ ਇਸ ਵਕਤ ਚੱਲ ਰਹੀਆਂ ਇਸ ਦੇ ਵਿੱਚ ਉਹ ਜ਼ਿੰਮੇਵਾਰੀ ਜਿਹੜੀ ਇਨਕੰਪਲੀਸ਼ਨ ਦੀ ਜਾਂ ਸ਼ਵਲਸ ਇਨ ਦਾ ਗਰਾਊਂਡ ਕਰਨਾ ਉਹਦੇ ਵਿੱਚ ਆਪਾਂ ਹੁਣ ਜ਼ਰੂਰ ਵੱਧ ਚੜ ਕੇ ਜਿੰਨਾ ਵੀ ਵੱਧ ਤੋਂ ਵੱਧ ਛੇਤੀ ਤੋਂ ਛੇਤੀ ਉਹ ਪ੍ਰੋਜੈਕਟਸ ਜਿਹੜੇ ਹੈਗੇ ਆ ਲਿਆ ਸਕਦੇ ਹਾਂ ਅਸੀਂ ਉਸ ਦੇ ਵਿੱਚ ਫੋਕਸ ਕਰਾਂਗੇ ਕਿਉਂਕਿ ਉਹ ਬ੍ਰੈਂਪਟਨ ਲਈ ਅਤੇ ਖਾਸ ਕਰਕੇ ਪੀਓ ਰੀਜਨ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੇ ਆ And so I'm really looking forward to working with all of the community to make sure that we ensure that highways are built and shovels are in the ground on all transit projects. ਠੀਕ ਹੈ ਔਰ ਜਿਹੜੇ ਸਾਡੇ ਟਰਾਂਸਪੋਰਟ ਮਿਨਿਸਟਰ ਫੈਡਰਲ ਦੇ ਹੁੰਦੇ ਆ ਪ੍ਰਮਿਤ ਉਹਨਾਂ ਦਾ ਰੋਲ ਵੀ ਖੈਰ ਅਹਿਮੀਅਤ ਹੁੰਦਾ ਹੈ ਪਰ ਉਹਨਾਂ ਨਹੀਂ ਹੁੰਦਾ ਜੋ ਮੈਂ ਦੇਖਿਆ ਕਿ ਜੋ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਮਿਨਿਸਟਰ ਆਫ ਟਰਾਂਸਪੋਰਟੇਸ਼ਨ ਦੀ ਜ਼ਿੰਮੇਵਾਰੀਆਂ ਕਿਤੇ ਵੱਧ ਹੁੰਦੀਆਂ ਤੁਹਾਨੂੰ ਵਧਾਈ ਦੇਣ ਵਾਲਿਆਂ ਵਿੱਚੋਂ ਬਹੁਤ ਸਾਰੇ ਲੋਕਾਂ 'ਚੋਂ ਜਸਕਰਨ ਸੰਧੂ ਜਿਨ੍ਹਾਂ ਨੇ ਤੁਹਾਡੀ ਮੈਨੂੰ ਯਾਦ ਹੈ ਪਹਿਲੀ ਕੰਪੇਨ ਵੀ ਰਨ ਕੀਤੀ ਸੀ ਤੁਹਾਡੇ ਬੜੇ ਖਾਸ ਉਹਨਾਂ ਦੇ ਨਾਲ ਸੰਬੰਧ ਵੀ ਰਹੇ ਹੈ ਔਰ ਉਹ ਅੱਜ ਕੱਲ੍ਹ ਟਰਾਂਸਪੋਰਟੇਸ਼ਨ ਇੰਡਸਟਰੀ 'ਚ ਕੰਮ ਕਰ ਰਹੇ ਨੇ ਔਰ ਹੋਰ ਵੀ ਸਾਡੇ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਟਰੈਕਿੰਗ ਇੰਡਸਟਰੀ ਦੇ ਵਿੱਚ ਬੋਡੀਜ਼ ਨੇ ਉਹਨਾਂ ਦੀਆਂ ਐਸੋਸੀਏਸ਼ਨਸ ਨੇ ਜਿਹੜੀਆਂ ਉਹਨਾਂ ਦੀ ਨੁਮਾਇੰਦਗੀ ਕਰਦੀਆਂ ਉਹਨਾਂ ਨੂੰ ਵੀ ਬੜੀ ਖੁਸ਼ੀ ਹੋਈ ਹੈ ਕਿ ਹੁਣ ਆਪਣਾ ਘਰ ਦਾ ਕਹਿੰਦੇ ਨੇ ਜੀ ਮੁੰਡਾ ਆਪਣਾ ਹੀ ਪਰਿਵਾਰ 'ਚੋਂ ਕੋਈ ਜੀ ਹੋਵੇ ਜਿਸ ਤਰ੍ਹਾਂ ਲੱਗਦਾ ਉਹਨਾਂ ਨੂੰ ਕਿ ਕੋਈ ਜ਼ਿੰਮੇਵਾਰੀ ਮਿਲੀ ਹੈ ਤਾਂ ਇੱਕ ਆਪਣੱਤਵ ਵੀ ਹੈ ਤੁਹਾਡੇ ਨਾਲ ਸਾਰਿਆਂ ਦੀ ਸਾਰੇ ਤੁਹਾਨੂੰ ਪਿਆਰ ਵੀ ਬਹੁਤ ਕਰਦੇ ਨੇ ਤੁਹਾਡੇ ਤੋਂ ਉਮੀਦਾਂ ਵੀ ਉਹਨਾਂ ਨੂੰ ਕਾਫੀ ਵੱਡੀਆਂ ਹੋਣਗੀਆਂ ਤਾਂ ਮੇਰੇ ਖਿਆਲ ਤੁਸੀਂ ਬਾਖੂਬੀ ਸਮਝਦੇ ਹੋ ਆਪਣੇ ਭਾਈਚਾਰੇ ਦੀਆਂ ਟਰਾਂਸਪੋਰਟੇਸ਼ਨ ਦੀਆਂ ਪ੍ਰੋਬਲਮਸ ਨੂੰ ਹਾਂਜੀ ਵੇਖੋ ਜੀ ਜਿੱਦਾਂ ਜੇ ਅਸੀਂ ਟਰੈਕਿੰਗ ਇੰਡਸਟਰੀ ਵੱਲ ਦੇਖੀਏ ਤੇ ਜਿੰਨੀ ਵੀ ਟਰੈਕਿੰਗ ਇੰਡਸਟਰੀ ਇਸ ਵਕਤ ਆਪਣੀ ਕਮਿਊਨਿਟੀ ਉਹਦੇ ਵਿੱਚ ਬਹੁਤ ਵੱਡਾ ਹਿੱਸਾ ਹੈਗੀ ਆ ਜਿੱਥੇ ਅਸੀਂ ਤਰੱਕੀਆਂ ਵੀ ਕੀਤੀਆਂ ਜਿੱਥੇ ਹੁਣ ਇੱਕ ਅੰਡਰਸਟੈਂਡਿੰਗ ਆਉਂਦੀ ਹੈ ਵੀ ਚੈਲੰਜਸ ਕੀ ਹੈਗੀਆਂ ਕਿਉਂਕਿ ਅਸੀਂ ਰੋਜ਼ ਬ੍ਰੈਂਪਟਨ ਦੇ ਵਿੱਚ ਜਾਂ ਅੰਟਰੀਓ ਵਿੱਚ ਵਿਚਰਦੇ ਹਾਂ ਜਿੱਥੇ ਆਪਣੀ ਕਮਿਊਨਿਟੀ ਨਾਲ ਆਪਾਂ ਕਾਫੀ ਗੱਲਬਾਤ ਕਰੀ ਤੇ ਸਾਨੂੰ ਉਹਨਾਂ ਦੀਆਂ ਮੁਸ਼ਕਲਾਂ ਵੀ ਪਤਾ ਲੱਗ ਗਈਆਂ ਸੋ ਉਹ ਜਿਹੜੀਆਂ ਮੁਸ਼ਕਲਾਂ ਹੈਗੀਆਂ ਟਰੈਕਿੰਗ ਇੰਡਸਟਰੀ ਨੂੰ ਅਸੀਂ ਪੂਰੀਆਂ ਕੰਸਲਟੇਸ਼ਨ ਕਰਕੇ ਜਿਵੇਂ ਆਪਣੇ ਔਰਗਨਾਈਜੇਸ਼ਨ ਜਿਵੇਂ ਤੁਸੀਂ ਮੈਂਸ਼ਨ ਕੀਤਾ ਸੀ ਕਿ ਆ ਬਣਾਈਆਂ ਗਈਆਂ ਲਾਬੀਇੰਗ ਕਰਨ ਦੇ ਲਈ ਅਸੀਂ ਉਹਨਾਂ ਨਾਲ ਰਲ ਕੇ ਕੰਮ ਕਰਾਂਗੇ ਵੀ ਜਿਸ ਦੇ ਵਿੱਚ ਆਪਾਂ ਇੰਡਸਟਰੀ ਨੂੰ ਇੱਕ ਵਧੀਆ ਚੇਂਜ ਲਿਆ ਸਕੀਏ ਜਾਂ ਉਹਨਾਂ ਦੀ ਆਵਾਜ਼ ਜਾਂ ਉਹਨਾਂ ਦੀ ਜੋ ਚੈਲੰਜਸ ਹੈਗੀਆਂ ਆਪਾਂ ਐਡਰੈਸ ਕਰ ਸਕੀਏ ਕਿਉਂਕਿ ਅਸੀਂ ਜਿੱਥੇ ਵੀ ਜਾਈਦਾ ਆਪਾਂ ਟਰੈਕਿੰਗ ਇੰਡਸਟਰੀ ਨਾਲ ਰਿਲੇਟਡ ਹੈਗੇ ਹਾਂ ਟਰੈਕਿੰਗ ਇੰਡਸਟਰੀ ਦੇ ਵਿੱਚ ਆਪਾਂ ਪੂਰਾ ਮੋਢੇ ਨਾਲ ਮੋਢਾ ਜੁੜ ਕੇ ਕੰਮ ਕਰੀਦਾ ਸੋ ਉਸ ਇੰਡਸਟਰੀ ਨੂੰ ਸਪੋਰਟ ਕਰਨ ਦੇ ਲਈ ਅਸੀਂ ਤਿਆਰ ਹੈਗੇ ਅਤੇ ਖਾਸ ਕਰਕੇ ਆਪਣੀ ਟੈਕਸੀ ਇੰਡਸਟਰੀ ਵਿੱਚ ਵੀ ਜਿੱਥੇ ਆਪਣੀ ਕਮਿਊਨਿਟੀ ਕਾਫੀ ਹੈਗੀ ਆ ਉਹਦੇ ਵਿੱਚ ਵੀ ਆਪਾਂ ਪੂਰੀ ਵੱਧ ਚੜ ਕੇ ਸਪੋਰਟ ਕਰਾਂਗੇ ਵੀ ਉਹਨਾਂ ਦੇ ਨਾਲ ਰਲ ਕੇ ਕੰਮ ਕਰਾਂਗੇ ਜੋ ਉਹਨਾਂ ਦੀ ਇੰਡਸਟਰੀ ਨੂੰ ਚੈਲੰਜ ਆ ਰਹੇ ਆ ਸੋ ਇਸ ਦੇ ਵਿੱਚ ਮੈਂ ਸਮਝਦਾ ਹੈਗਾ ਖਾਸ ਕਰਕੇ ਬ੍ਰੈਂਪਟਨ ਦੇ ਵਿੱਚ ਇਹ ਬਹੁਤ ਵੱਡੀ ਇੱਕ ਇੰਪਲੋਇਮੈਂਟ ਵੀ ਹੈਗੀ ਆਪਣੀ ਕਮਿਊਨਿਟੀ ਦੇ ਲਈ ਪਰ ਨਾਲ ਦੇ ਨਾਲ ਸਾਡੀ ਇਕਾਨਮੀ ਸਾਰੇ ਅੰਟੈਰੀਓ ਦੀ ਕੈਨੇਡਾ ਦੀ ਮੈਂ ਸਮਝਦਾ ਪੀਓ ਰੀਜਨ ਦੇ ਥਰੂ ਰਨ ਕਰਦੀ ਹੈ ਟਰੈਕਿੰਗ ਦੇ ਸਿਰ ਦੇ ਉੱਤੇ ਸੋ ਅਸੀਂ ਜੋ ਵੀ ਕਰ ਸਕਦੇ ਹਾਂ ਇਕਨੋਮਿਕਲੀ ਸਪੋਰਟ ਕਰਨ ਦੇ ਲਈ ਅਸੀਂ ਕਰਾਂਗੇ ਟਰੈਕਿੰਗ ਐਂਡ ਟਰਾਂਸਪੋਰਟੇਸ਼ਨ ਇੰਡਸਟਰੀ ਲਈ ਥੈਂਕ ਯੂ ਪ੍ਰਭਮੀਤ ਸਰ ਕੋ ਸਮੇਂ ਦੀ ਨਜ਼ਾਕਤ ਹੈ ਮੈਂ ਚਾਹਾਂਗਾ ਕਿਸੇ ਨੂੰ ਖੁੱਲਾ ਸਮਾਂ ਕੱਢ ਕੇ ਜਿਹੜੀਆਂ ਸਾਡੇ ਕੋਲ ਫੀਡਬੈਕ ਆਉਂਦੀ ਹੈ ਟਰੈਕਿੰਗ ਇੰਡਸਟਰੀ ਦੀ ਤੁਹਾਡੇ ਨਾਲ ਉਹ ਵੀ ਸਾਂਝੀਆਂ ਕਰਾਂਗੇ ਬਾਕੀ ਤੁਸੀਂ ਉਹਨਾਂ ਨੂੰ ਆਪ ਵੀ ਮਿਲਦੇ ਹੀ ਹੋ ਤੁਹਾਨੂੰ ਆਪ ਡਾਇਰੈਕਟਲੀ ਵੀ ਮਿਲ ਕੇ ਤੁਹਾਡੇ ਤੱਕ ਪਹੁੰਚਾਉਂਦੇ ਨੇ ਔਰ ਪਿਛਲੇ ਦਿਨਾਂ ਵਿੱਚ ਅਮਰਜੋਤ ਸੰਧੂ ਹੋਰਾਂ ਨੇ ਪ੍ਰਾਈਵੇਟ ਮੈਂਬਰ ਬਿੱਲ ਲਿਆਂਦਾ ਸੀ ਬੜਾ ਅੱਛਾ ਕੀਤਾ ਜਿਹੜਾ ਉਹ ਰਿਟਨ ਐਗਜ਼ਾਮ ਹੈ ਉਹ ਐਗਜ਼ਮਟ ਕਰਵਾਇਆ ਔਰ ਮੈਨੂੰ ਖੁਸ਼ੀ ਹੈ ਕਿ ਹਰਦੀਪ ਗਰੇਵਾਲ ਵੀ ਤੁਹਾਡੇ ਨਾਲ ਹੀ ਨੇ
ਤੇ ਜਿੱਥੇ ਬ੍ਰੈਂਪਟਨ ਦੇ ਵਿੱਚ ਸਾਡੀ ਇਹ ਬੜੀ ਵੱਡੀ ਕਮਿਊਨਿਟੀ ਦੀ ਨਾਲ ਸੁਣ ਲਈ ਬ੍ਰੈਂਪਟਨ 'ਚ ਜਿੱਥੇ ਵੀ ਆਪਣਾ ਭਾਈਚਾਰਾ ਵੱਸਦਾ ਹੈ, ਹੁਣ ਤਾਂ ਬਾਹਰ ਵੀ ਜਿਹੜੇ ਲੋਕ ਚਲੇ ਗਏ ਨੇ ਬਾਹਰਲੇ ਸ਼ਹਿਰਾਂ ਦੇ ਵਿੱਚ ਵੀ, ਉਹ ਵੀ ਇਸੇ ਤਰ੍ਹਾਂ ਹੀ ਟਰੈਕਿੰਗ ਇੰਡਸਟਰੀ ਨਾਲ ਜੁੜੇ ਹੋਏ ਨੇ ਅਤੇ ਉਹਨਾਂ ਨੂੰ ਸਭ ਨੂੰ ਖੁਸ਼ੀ ਹੋਈ ਹੈ ਤੁਹਾਡੀ ਇਸ ਅਪੁਆਇੰਟਮੈਂਟ 'ਤੇ, ਔਰ ਹਰਦੀਪ ਹੋਰੀ ਵੀ ਤੁਹਾਡੇ ਨਾਲ ਹੀ ਨੇ, ਤੋ ਐਂ ਲੱਗਦਾ ਹੈ ਕਿ ਹੁਣ ਅੱਗੇ ਵੀ ਸੁਣਵਾਈ ਹੋ ਰਹੀ ਸੀ ਲੇਕਿਨ ਹੁਣ ਵਧੀਆ ਤਰੀਕੇ ਨਾਲ ਤੁਸੀਂ ਅੱਛੀ ਨੁਮਾਇੰਦਗੀ ਕਰੋਗੇ। ਲਾਸਟ ਇੱਕ ਦੋ ਮਿੰਟ ਲਈ ਕੁਛ ਕਹਿਣਾ ਚਾਹੋ? ਲਾਸਟ ਵਿੱਚ ਅਸੀਂ ਇੱਕ ਵਾਰੀ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਮੇਸ਼ਾ ਆਪਣੀ ਸਪੋਰਟ ਕੀਤੀ ਹੈ। ਜੋ ਵੀ ਅਸੀਂ ਟਰੈਕਿੰਗ ਇੰਡਸਟਰੀ ਲਈ ਜਾਂ ਆਪਣੀ ਕਮਿਊਨਿਟੀ ਲਈ ਕਰ ਸਕਦੇ ਅਸੀਂ ਜ਼ਰੂਰ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਫਿਰ ਜਿਵੇਂ ਤੁਸੀਂ ਕਿਹਾ ਸੀ ਲੰਮੀ ਗੱਲਬਾਤ ਕਰਾਂਗੇ, ਜਿਸ ਦੇ ਵਿੱਚ ਜੋ ਵੀ ਚੈਲੰਜਸ ਹੈਗੇ ਉਹਨਾਂ ਨੂੰ ਐਡਰੈਸ ਕਰਾਂਗੇ। ਸਰ ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ, ਥੈਂਕ ਯੂ ਸੋ ਮਚ, ਸਮਾਂ ਕੱਢਿਆ ਤੁਸੀਂ, ਔਰ ਤੁਹਾਡੇ ਨਾਲ ਜਲਦੀ ਫਿਰ ਗੱਲ ਕਰਾਂਗੇ। ਥੈਂਕ ਯੂ।